ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਓ ਨਾ। ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਓ ਨਾ। ਓ ਜੀ, ਅੱਜ ਆਪਾਂ ਖਾਣ ਪੀਣ ਦੀਆਂ ਗੱਲਾਂ ਕਰਨੀਆਂ ਨੇ ਜੀ। ਅੱਜ ਆਪਾਂ ਆ ਗਏ ਹਾਂ ਗਲੋਬਲ ਪੰਜਾਬ ਦੇ ਸ਼ੋਅ ਗੱਲਾਂ ਵਿਦ ਗੁਲਾਬੋ ਦੇ ਵਿੱਚ। ਤੇ ਤੁਸੀਂ ਮੈਨੂੰ ਦੱਸਣਾ ਆ ਵੀ ਤੁਹਾਨੂੰ ਕੀ-ਕੀ ਪਸੰਦ ਹੈ, ਕੀ-ਕੀ ਖਾਣਾ ਪੀਣਾ ਚਾਹੁੰਦੇ ਹੋ, ਕੋਈ ਰੈਸਿਪੀ ਹੈਗੀ ਆ ਤਾਂ ਉਹ ਵੀ ਮੈਨੂੰ ਦੱਸੋ। ਆਪਾਂ ਮਿੰਟਾਂ ਦਾ ਕੰਮ ਸਕਿੰਟਾਂ 'ਚ ਕਰ ਦੇਣਾ। ਉਹ ਕਹਿੰਦੇ ਨੇ ਨਾ ਜੀ, ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ, ਤੇ ਅੱਜ ਆਪਾਂ ਪਹਿਲਾਂ ਪੇਟ ਪੂਜਾ ਹੀ ਕਰ ਲਈਏ। ਇਹ ਤਾਂ ਗਲੋਬਲ ਚੈਨਲ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਲੋਕਾਂ ਨੂੰ ਭੁੱਖ ਲੱਗ ਗਈ ਹੈ, ਤੇ ਉਹਨਾਂ ਨੇ ਇੱਕ ਕੰਟੈਸਟ ਸ਼ੁਰੂ ਕੀਤਾ ਆ, ਡਿਨਰ ਵਿਦ ਦਿਲਜੀਤ ਦੋਸਾਂਝ। ਉਹਦੇ ਵਿੱਚ ਤੁਸੀਂ ਸਿੰਪਲ ਜੇ ਜਵਾਬ ਦੇਣੇ, ਇੱਕ ਉਹ ਸਵਾਲ ਪੁੱਛਣਗੇ, ਤੁਸੀਂ ਜਵਾਬ ਦੇਣਾ ਆ। ਉੱਥੇ ਨੰਬਰ ਹੋ ਰਿਹਾ ਹੋਏਗਾ ਸਕਰੋਲ, ਤੁਸੀਂ ਉੱਥੇ ਮੈਸੇਜ ਕਰ ਦੇਣਾ ਆ। ਤੁਹਾਨੂੰ ਮੌਕਾ ਮਿਲੇਗਾ ਜੀ ਦਿਲਜੀਤ ਜੀ ਦੇ ਨਾਲ ਮਿਲਣ ਦਾ, ਨਾਲੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ, ਨਾਲੇ ਡਿਨਰ ਕਰਨ ਦਾ। ਅਤੇ ਅੱਜ ਪਹਿਲਾਂ ਮੈਨੂੰ ਫੋਨ ਕਰੋ 3472521232 ਅਤੇ ਫਟਾਫਟ ਦੱਸੋ ਵੀ ਤੁਹਾਨੂੰ ਖਾਣ ਪੀਣ 'ਚ ਕੀ ਪਸੰਦ ਆ, ਕੀ ਖਾਣਾ ਚਾਹੁੰਦੇ ਹੋ, ਨਾਲੇ ਤੁਹਾਡੀ ਫੇਵਰੇਟ ਡਿਸ਼ ਕਿਹੜੀ ਆ। ਜੇ ਮੈਨੂੰ ਕੋਈ ਰੈਸਿਪੀ ਦੱਸਣਾ ਚਾਹੁੰਦੇ ਤਾਂ ਉਹ ਵੀ ਦੱਸ ਦਿਓ, ਮੈਂ ਫਟਾਫਟ ਬਣਾ ਦੇਣੀ ਆ। ਆਹ ਵੇਖ ਲਓ, ਕੜਛੀ ਆਪਾਂ ਨਾਲ ਲੈ ਕੇ ਆਏ ਹਾਂ, ਹੈ ਕਿ ਨਹੀਂ। ਮੈਨੂੰ ਤਾਂ ਗੋਲਗੱਪੇ ਬਾਹਲੇ ਹੀ ਪਸੰਦ ਨੇ। ਮੈਨੂੰ ਤਾਂ ਬਸ ਜਿੱਥੇ ਗੋਲਗੱਪੇ ਮਿਲਦੇ ਨੇ ਮੈਂ ਉੱਥੇ ਗੱਡੀ ਖਿਲਾਰ ਕੇ ਪਹਿਲਾਂ ਗੋਲਗੱਪੇ ਖਾਂਦੀ ਹਾਂ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਕੁੜੀਆਂ ਨੂੰ ਗੋਲਗੱਪਿਆਂ ਨਾਲ ਇੰਨਾ ਕੀ ਵੈਰ ਹੁੰਦਾ। ਆਹ ਥੋੜ੍ਹੇ ਦਿਨ ਪਹਿਲਾਂ ਮੈਂ ਕਿਤੇ ਜਾ ਰਹੀ ਸੀਗੀ, ਮੋਰਚਾ ਲਾ ਕੇ ਬਹਿ ਗਈਆਂ ਕੁੜੀਆਂ। ਲੋਕਾਂ ਨੇ ਪੁੱਛਿਆ ਵੀ ਭਾਈ ਕੀ ਹੋਇਆ, ਕਹਿੰਦੀਆਂ ਗੱਲ ਸੁਣੋ, ਪਹਿਲਾਂ ਪੈਟਰੋਲ ਦੇ ਰੇਟ ਵਧੇ ਤਾਂ ਆਪਾਂ ਚੁੱਪ ਰਹੀ ਹਾਂ, ਫਿਰ ਡੀਜ਼ਲ ਮਹਿੰਗਾ ਕਰਤਾ ਫਿਰ ਆਪਾਂ ਕੁਛ ਨਹੀਂ ਬੋਲੀਆਂ, ਫਿਰ ਸਿਲੰਡਰ ਦੇ ਦਾਮ ਵੀ ਵਧਾ ਤੇ ਤਾਂ ਆਪਾਂ ਕੁਛ ਨਹੀਂ ਬੋਲੇ ਹਾਂ, ਹੁਣ ਗੋਲਗੱਪੇ 10 ਤੇ 2 ਹੋ ਗਏ ਨੇ, ਹੁਣ ਤਾਂ ਨਹੀਂ ਚੁੱਪ ਰਿਹਾ ਜਾਂਦਾ। ਮਤਲਬ ਗੋਲਗੱਪੇ ਮਹਿੰਗੇ ਹੋ ਗਏ ਨੇ ਅਤੇ ਇਹਨਾਂ ਨੂੰ ਟੈਨਸ਼ਨ ਜੀ ਪੈ ਗਈ ਹੈ। ਹੈ ਇਹ ਅੰਮ੍ਰਿਤਸਰ ਵਾਲੇ ਪਾਸੇ ਜਾਓ ਨਾ, ਅਤੇ ਇੱਥੇ ਗੋਲਗੱਪਿਆਂ ਨਾਲ 5 ਤਰ੍ਹਾਂ ਦਾ ਪਾਣੀ ਮਿਲਦਾ ਹੈ ਮੈਂ ਵੇਖਿਆ, ਅਤੇ ਕੁੜੀਆਂ ਨੂੰ ਫਿਰ ਵੀ ਨਾ ਤਸੱਲੀ ਨਹੀਂ ਹੁੰਦੀ। ਉਹਨਾਂ ਨੇ ਕਹੀ ਜਾਣਾ, ਹਾਏ ਭਾਈ ਉਹ ਕਿਹੜਾ ਪਾਣੀ ਆ, ਉਹ ਤਾਂ ਪਲਾਈ, ਹਾਏ ਪਾਣੀ ਉਹ ਮਿੱਠਾ ਪਾਣੀ ਆ, ਉਹ ਤਾਂ ਪਲਾਈ, ਹਾਏ ਭਾਈ ਉਹ ਵਾਲਾ ਪਾਣੀ ਤਾਂ ਤੂੰ ਸਵਾਦ ਵਿਖਾਇਆ ਹੀ ਨਹੀਂ। ਉਹ ਭਾਈ ਹਾਰ ਕੇ ਕਹਿਣ ਆਉਂਦਾ, ਉਹ ਰਹਿਣ ਦੇ ਭੈਣ ਮੇਰੇ ਜੂਠੇ ਭਾਂਡੇ ਧੋਣ ਵਾਲਾ ਪਾਣੀ ਹੂੰ। ਮਤਲਬ ਇੰਨਾ ਵੈਰ ਇਹਨਾਂ ਨੂੰ ਗੋਲਗੱਪਿਆਂ ਦੇ ਨਾਲ। ਆਹ ਵੇਖ ਲਓ, ਮੈਨੂੰ ਤਾਂ ਲੱਗਦਾ ਕੁੱਕੜ ਸ਼ੁੱਕੜ ਖਾਣ ਵਾਲਾ ਵੀ ਬੜੇ ਬੈਠੇ ਨੇ ਇੱਥੇ। ਹੈ ਆਪਾਂ ਬਣਾ ਦੇਣਾ ਜੀ ਫਟਾਫਟ ਅੱਜ ਕੁੱਕੜ ਸ਼ੁੱਕੜ ਜੋ ਵੀ ਹੋਏਗਾ। ਵੈਸੇ ਮੈਨੂੰ ਤਾਂ ਪਰਸਨਲੀ ਨੌਨ ਵੈਜ ਬਹੁਤ ਪਸੰਦ ਹੈ। ਅਗਲੇ ਕਾਲਰ ਨੂੰ ਪੁੱਛ ਲੈਣਾ ਉਹਨਾਂ ਨੂੰ ਕੀ ਪਸੰਦ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਕੱਟ ਕਰ ਲਓ ਜੀ। ਕੱਟ ਕਰ ਲਈ ਜੀ, ਕਰ ਲਈ। ਲਵੋ, ਕੀ ਨਾਮ ਹੈ ਜੀ ਤੁਹਾਡਾ? ਮੇਰੇ ਨਾਂ ਤੇ ਦੋ ਨਾਂ ਨੇ, ਇੱਕ ਤੇ ਦਰਬਾਰਾ ਸਿੰਘ ਤੇ ਇੱਕ ਬਾਰਾ ਸਿੰਘ। ਅੱਛਾ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੱਥੇ ਨਿਊਯਾਰਕ ਤੋਂ ਬੋਲ ਰਿਹਾ, ਰਿਚਮਨਲ ਤੋਂ। ਠੀਕ ਹੈ ਜੀ, ਮੈਂ ਗੁਲਾਬੋ ਦੀ ਸ਼ੈਫ ਹੈਗੀ ਆ ਜੀ, ਉਹਦੇ ਵਾਸਤੇ ਮੈਂ ਰੋਟੀ ਪਾਣੀ ਬਣਾਤੀ, ਹੁਣ ਤੁਹਾਡੇ ਲਈ ਕੀ ਬਣਾਵਾਂ ਦੱਸੋ। ਨਮਕ ਕਿੱਦਾਂ ਦਾ ਪਾਵਾਂ? ਵੈਸੀ ਕਰ ਦਿਓ ਮੜਾ। ਅੱਛਾ, ਤੇ ਨਾਲ ਕੀ ਚੱਲੂਗਾ, ਡਰਿੰਕ ਕੋਈ ਚੱਲੂਗੀ ਨਾਲ? ਆ ਕੋ ਪੈਕ ਕਰ ਦਿਓ, ਇੱਕ ਦੋ ਬਲੈਕ ਦਾ ਮਿਲ ਜਾਏ ਜਾਂ ਦੂਜਾ। ਅੱਛਾ ਅੱਛਾ, ਹਾਂ ਕਿੱਦਾਂ ਡਿਮਾਂਡਾਂ ਰੱਖ ਰਹੇ ਨੇ, ਜਿੱਦਾਂ ਮੈਂ ਸੱਚੀ ਭੇਜ ਦੇਣਾ ਹੁੰਦਾ। ਤੁਸੀਂ ਮੈਨੂੰ ਖਵਾਇਆ ਪਲਾਇਆ ਕੁਛ ਹੈ? ਜੇ ਤੁਸੀਂ ਮੇਰੇ ਵਾਸਤੇ ਕਰ ਲਓ, ਮੈਂ ਵੀ ਤੁਹਾਨੂੰ ਮੈਂ ਵੀ ਕਰ ਲਾਂਗਾ। ਸੱਚੀ ਗੱਲ ਹੈ? ਹਾਂ ਜੀ। ਗੋਲ ਗੱਪੇ ਮਿਲ ਜਾਣਗੇ ਉੱਥੋਂ? ਹਾਂ ਜੀ ਬਿਲਕੁਲ ਬਿਲਕੁਲ, ਹੁਣੇ ਹੀ ਮੈਂ 5 ਮਿੰਟ ਲਈ ਹੋਣੇ ਆ। ਮਿੱਠੀ ਚਟਨੀ ਨਾ ਪੁਆਇਓ, ਮਿਰਚ ਵਾਲੀ ਚਟਨੀ ਪਵਾ ਕੇ ਤੇ ਫਟਾਫਟ ਭੇਜੋ। ਠੀਕ ਹੈ, ਮੈਂ ਤੁਹਾਡੀ ਰੋਟੀ। ਇੱਕ ਮਿੰਟ, ਤੁਸੀਂ ਅਗਲਾ ਕਾਲਰ ਚੱਕ ਲਈ, ਆਪਾਂ ਤੁਹਾਨੂੰ ਪਾਰਸਲ ਕਰ ਰਹੇ ਹਾਂ ਜੀ। ਠੀਕ ਹੈ ਜੀ, ਓਕੇ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਹੈ ਜੀ। ਕੌਣ ਬੋਲ ਰਹੇ ਹੋ? ਮੈਂ ਅੰਤਰਪਾਲ, ਇੱਥੋਂ ਲਿਟਰਾ ਕਰਕਨ ਸਾਹਿਬ ਤੋਂ। ਥੋੜਾ ਜਿਹਾ ਉੱਚੀ ਬੋਲੋ, ਰੋਟੀ ਨਹੀਂ ਖਾਧੀ? ਨਹੀਂ ਰੋਟੀ ਤੇ ਖਾਧੀ ਏ, ਰੋਟੀ ਨਹੀਂ ਖਾਧੀ, ਪਰ ਮੈਂ ਕਿਹਾ ਟੀਵੀ ਦੀ ਆਵਾਜ਼ ਨਹੀਂ ਸੁਣੀ ਜਾਣੀ। ਹਾਂ ਟੀਵੀ ਦੀ ਆਵਾਜ਼ ਹੌਲੀ ਨਹੀਂ ਕਰਦੇ, ਰੋਟੀ ਵੀ ਨਹੀਂ ਖਾਧੀ, ਤਾਂ ਛੇ ਛੇ ਤੁਹਾਡੇ ਵਾਸਤੇ ਰੋਟੀ ਬਣਾ ਦੇਣੀ। ਕੀ ਖਾਓਗੇ ਬੋਲੋ? ਨਹੀਂ ਕੁਛ ਨਹੀਂ ਖਾਣਾ ਮੈਂ। ਵੈਸੇ ਤੁਸੀਂ ਜਦੋਂ ਲਾਫਟਰ ਦੇ ਮਾਸਟਰ ਜਾਂਦੇ ਸੀ ਤੇ ਸਲੋਨੀ ਸਰੀਨ ਤੁਹਾਡਾ ਨਾਮ ਹੈ, ਮੈਂ ਤੁਹਾਡਾ ਫੈਨ ਆ। ਓ ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ।
ਹੁਣ ਮੈਨੂੰ ਗਲੋਬਲ ਪੰਜਾਬ ਵਾਲਿਆਂ ਨੇ ਨੌਕਰੀ ਦੇਤੀ ਹੈ ਜੀ, ਰੋਟੀ ਪਾਣੀ ਬਣਾਉਣ ਦੀ। ਥੋੜੇ ਪੈਸੇ ਵਧਾ ਕੇ ਰੱਖਿਓ, ਪੈਸੇ ਬਹੁਤ ਘੱਟ ਦਿੰਦੇ ਨੇ। ਹਾਂਜੀ ਡੱਬਾ ਲਾ ਕੇ ਰੱਖਿਓ, ਕਿਉਂ ਪੈਸੇ ਵਧਾਓ ਸਾਡੇ। ਪੈਸੇ ਵਧਾਣੇ ਇਹਨਾਂ ਨੇ, ਕਹਿੰਦੇ ਕਿ ਰੋਟੀ ਪਾਣੀ ਤਾਂ ਰੱਖਿਆ ਹੋਇਆ ਹਲੇ ਤੱਕ ਤਾਂ ਮੈਨੂੰ, ਕਹਿੰਦੇ ਪੰਜਾਬ ਤੋਂ ਆਏ ਹੋ ਰੋਟੀ ਪਾਣੀ ਛਕੋ ਬਸ ਤੁਸੀਂ। ਕਿਉਂਕਿ ਉੱਥੇ ਤੁਹਾਡੀ ਸਟ੍ਰਿਪ ਦੇ ਵਿੱਚ ਕਈ ਵਾਰੀ ਬੂਟਾ ਸਿੰਘ ਕਹਿੰਦਾ ਹੁੰਦਾ ਨਾ ਕਿ ਅੱਜ ਤਾਂ ਪੈਸੇ ਪੇਮੈਂਟ ਰਹਿੰਦੀ ਹੈ। ਹਾਂਜੀ ਹਾਂਜੀ ਹਾਂਜੀ, ਰੋਟੀ ਪਾਣੀ ਖਵਾ ਦਿੰਦੇ ਨੇ, ਆਪਾਂ ਉਹਦੇ ਨਾਲ ਹੀ ਸਾਰ ਲਈਦਾ, ਸਿਹਤ ਵੇਖ ਕੇ ਲੱਗ ਗਿਆ ਹੁਣ। ਹੈ ਤੁਸੀਂ ਅਸਲ ਨਿਊਯਾਰਕ ਤੋਂ ਗੱਲ ਕਰ ਰਹੇ? ਨਹੀਂ ਨਹੀਂ ਹਾਲੇ ਤਾਂ ਪੰਜਾਬ ਆ, ਨਿਊਯਾਰਕ ਲੈ ਜਾਓ ਮੈਨੂੰ। ਜ਼ਰੂਰ ਜੀ ਜ਼ਰੂਰ, ਅਸੀਂ ਤੇ ਸਿਟੀਜ਼ਨ ਬੰਦੇ ਜਦੋਂ ਮਰਜ਼ੀ ਆਣ ਨੂੰ ਤਿਆਰ ਹੋਵੋ। ਪੱਕੀ ਗੱਲ ਹੈ? ਪੱਕੀ ਗੱਲ ਹੈ ਜੀ। ਠੀਕ ਹੈ ਜੀ, ਮੈਂ ਤੁਹਾਨੂੰ ਮੇਲ ਕਰ ਦਿੰਦੀ ਹਾਂ ਜੀ ਡਿਟੇਲਸ, ਠੀਕ ਹੈ? ਫਿਰ ਆਪਾਂ ਨਿਊਯਾਰਕ ਨੂੰ ਆਏ ਨਾ, ਠੀਕ ਹੈ? ਜ਼ਰੂਰ ਆਓ ਜ਼ਰੂਰ, ਠੀਕ ਹੈ? ਬਹੁਤ ਲੋਕ ਆਉਂਦੇ ਨੇ, ਤੁਸੀਂ ਵੀ ਉਹਨਾਂ ਦੇ ਨਾਲ ਰਲ ਜਾਓ। ਠੀਕ ਹੈ ਜੀ, ਮੈਂ ਅਗਲਾ ਕਾਲ ਲੈ ਲੈਣੀ, ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ, ਹੈ? ਓਕੇ ਜੀ, ਥੈਂਕ ਯੂ। ਓਕੇ ਜੀ, ਹੈਲੋ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਜੀ? ਮੈਂ ਬਲਬੀਰ ਮੁਲਤਾਨੀ ਬੋਲ ਰਿਹਾ ਜੀ। ਮੁਲਤਾਨੀ ਜੀ, ਤੁਹਾਡੀ ਆਵਾਜ਼ ਇਦਾਂ ਦੀ ਆ ਕਿ ਤੁਸੀਂ ਆਪ ਕੀਤੀ ਇਦਾਂ ਦੀ, ਇਹ ਪਤਾ ਨਹੀਂ ਨੇਚਰਲੀ ਇਦਾਂ ਦੀ ਆਵਾਜ਼ ਆ। ਬਹੁਤ ਵਧੀਆ ਆਵਾਜ਼ ਹੈ, ਬਹੁਤ ਬੁਲੰਦ ਆਵਾਜ਼ ਆ ਤੁਹਾਡੀ। ਮੈਨੂੰ ਲੱਗਦਾ ਆ ਕਈ ਵਾਰ ਕਿ ਮੈਂ ਰੇਡੀਓ ਹੀ ਆਨ ਕਰ ਲਿਆ ਹੋਇਆ। ਅੱਛਾ, ਰੇਡੀਓ ਆਨ ਕਰ ਲਿਆ, ਫਿਰ ਅੱਛੀ ਗੱਲ ਹੈ। ਅੱਛਾ ਅੱਛਾ, ਮੁਲਤਾਨੀ ਜੀ ਮੈਂ ਰੋਟੀ ਬਣਾਉਣੀ ਆ, ਕੀ ਖਾਓਗੇ? ਖਾਵਾਂਗਾ ਜੋ ਚਿਕਨ ਤੁਸੀਂ ਕਹਿ ਰਹੇ ਹੋ, ਕੁੱਕੜ ਸ਼ੁੱਕੜ, ਕੁੱਕੜ ਤੇ ਆ ਸ਼ੁੱਕੜ ਕੀ ਹੋਇਆ ਬਾਈ? ਤੁਸੀਂ ਹਰ ਵਾਰ ਮੇਰੀਆਂ ਗਲਤੀਆਂ ਕੱਢਦੇ ਹੋ, ਵੇਖ ਲਓ। ਹੈ ਸ਼ੁੱਕੜ, ਸ਼ੁੱਕੜ ਮੈਨੂੰ ਆਪ ਨੂੰ ਨਹੀਂ ਪਤਾ ਜੀ, ਉਹ ਕਹਿ ਦਿੰਦੇ ਨਾ ਪਾਣੀ ਛਾਣੀ। ਸ਼ੁੱਕੜ ਦਾ ਹੀ ਜਿਹੜਾ ਸ਼ੁੱਕਰਵਾਰ ਨੂੰ ਕੁੱਕੜ ਬੰਦਾ ਨਾ, ਉਹਨੂੰ ਕੁੱਕੜ ਸ਼ੁੱਕਰ ਕਹੀਦਾ। ਅੱਛਾ ਸ਼ੁੱਕਰ, ਅੱਛਾ ਕੁੱਕੜ ਸ਼ੁੱਕੜ ਹੁੰਦਾ ਅਸਲੀ ਦੇ, ਹੈ ਨਾ? ਹਾਂਜੀ ਹਾਂਜੀ। ਸਰਵਿਸ ਬਹੁਤ ਵਧੀਆ ਤੁਹਾਡੀ ਹੈ ਨਾ, ਚੰਗਾ ਮਸਾਲਾ ਮਸੂਲਾ ਪਾ ਕੇ ਬਣਾਉਂਦੇ ਹੋ। ਮਸਾਲਾ ਹੈ, ਮਸਾਲਾ ਪਾ ਕੇ ਉਹ ਜੀ ਨਮਕ ਸ਼ਮਕ ਪਾ ਕੇ ਆਪਾਂ ਤੁਹਾਨੂੰ ਭੇਜ ਦੇਣਾ ਹੈ ਮਸਾਲਾ ਪਾ ਕੇ। ਅੱਛਾ ਜੀ, ਹੋਰ ਕੋਈ ਸਲਾਦ ਸਲੂਦ ਲੈਣਾ ਹੋਏ, ਚਟਨੀ ਕੋਈ? ਨਹੀਂ ਚਟਨੀ, ਕੁੱਕੜ ਸ਼ੁੱਕੜ ਦੇ ਨਾਲ ਫਿਰ ਤੁਹਾਨੂੰ ਪਤਾ ਹੀ ਪੈਗ ਸ਼ੈਗ ਹੀ ਆਮ ਚੱਲਦਾ। ਸ਼ਰੇ ਆਮ ਇਤਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ, ਪੈਗ ਸ਼ੈਗ ਦੀਆਂ? ਹੈ ਹਾਂ, ਕੁੱਕੜ ਸ਼ੁੱਕੜ ਨਾਲ ਤੇ ਪੈਗ ਸ਼ੈਗ ਹੀ ਹੁੰਦਾ ਫਿਰ। ਗੱਲ ਠੀਕ ਹੈ, ਹੈ ਹੁਣ ਬੋਰਵਿਟਾ ਦੇ ਨਾਲ ਤੇ ਕੁੱਕੜ ਸ਼ੁੱਕੜ ਖਾਣੀ ਹੋਣਾ ਹੈ ਤੇ ਜਾਂ ਤੇ ਫਿਰ ਪੰਡਤਾਂ ਵਾਲਾ ਖਾਣਾ ਖਾਏ, ਖੰਡ ਖੀਰ ਹੀ ਖਾਵੇ ਹੈ, ਨਹੀਂ ਕੜਾ ਖੰਡ ਖੀਰ। ਇੰਨੀ ਮਾੜੀ ਨਹੀਂ ਹੁੰਦੀ ਖੀਰ, ਹੈ ਕਈਆਂ ਨੂੰ ਖੀਰ ਫੇਵਰੇਟ ਹੁੰਦੀ, ਕਈਆਂ ਦੀ। ਸਰਦਾਰਾਂ ਵਾਲਾ ਖਾਣਾ ਇਹੋ ਹੀ ਹੁੰਦਾ, ਕੁੱਕੜ ਸ਼ੁੱਕੜ ਹੀ ਹੁੰਦਾ ਸਰਦਾਰਾਂ ਵਾਲਾ ਖਾਣਾ। ਗੁਲਾਬੋ, ਗੁਲਾਬੋ ਦੀ ਸ਼ੈਫ ਹਾਂ ਜੀ, ਉਹਨਾਂ ਨੇ ਰਸੋਈਆ ਰੱਖਿਆ ਹੋਇਆ। ਅੱਛਾ ਤੁਹਾਡੇ ਤੇ ਨਾਂ ਅਸਲੀ ਫਿਰ ਤੁਹਾਡਾ ਕੀ, ਇਹ ਵੀ ਦੱਸੋ ਨਾ, ਤੁਸੀਂ ਰਸੋਈਏ ਤਾਂ ਹੈ। ਨਮਕੀਨ ਕੌਰ ਨਾਂ ਬੁਲਾਈਏ, ਨਾਮ ਹੈ ਜੀ ਨਮਕੀਨ ਕੌਰ। ਨਮਕੀਨ ਕੌਰ, ਘਰਦਿਆਂ ਨੂੰ ਪਤਾ ਸੀ ਉਹਨੂੰ ਨਮਕੀਨ ਚੀਜ਼ਾਂ ਪਸੰਦ ਆ, ਉਹਨਾਂ ਨੇ ਨਮਕੀਨ ਕੌਰ ਨਾਂ ਰੱਖਤਾ। ਅੱਛਾ ਅੱਛਾ ਅੱਛਾ, ਜੇ ਤੁਸੀਂ ਹੋਟਲ ਖੋਲ ਲਓ ਨਾ ਕਿਤੇ, ਰੈਸਟੋਰੈਂਟ ਖੋਲੋ, ਬੜਾ ਚੱਲੇ ਤੁਹਾਡਾ ਹੋਟਲ। ਇੱਕ ਮਿੰਟ ਫਿਰ ਚੈਨਲ ਵਾਲਿਆਂ ਨਾਲ ਗੱਲ ਕਰਦੇ ਹਾਂ, ਇਧਰ ਰੈਸਟੋਰੈਂਟ ਖੋਲਣ ਦੀ ਤੇ ਨਾਲ ਹੀ ਅਗਲਾ ਕਾਲ ਲੈ ਲੈਣੇ ਆ। ਹਾਂਜੀ, ਹੈਨਾ? ਅੱਛਾ ਅੱਛਾ, ਤੁਹਾਡੀ ਮਰਜ਼ੀ ਉਤੇ। ਥੈਂਕ ਯੂ ਜੀ। ਉਹਦੇ ਚੰਡੀਗੜ੍ਹ ਤੋਂ ਕਿ ਜਾਂ ਨੋਡੇ ਤੋਂ? ਐਡਰੈਸ ਭੇਜਦਾ ਤੁਹਾਨੂੰ, ਮੇਲ ਕਰ ਦਿੰਦੇ ਆ ਜੀ। ਨਹੀਂ ਨਹੀਂ, ਬੋਲ ਕਿੱਥੋਂ ਰਹੇ ਹੋ ਤੁਸੀਂ? ਚੰਡੀਗੜ੍ਹ ਤੋਂ ਜੀ, ਚੰਡੀਗੜ੍ਹ ਤੋਂ ਬੋਲ ਰਹੇ ਹਾਂ। ਅੱਛਾ ਚਲ, ਹੁਣ ਆਏ ਤੇ ਚੰਡੀਗੜ੍ਹ ਮਿਲਾਂਗੇ ਫਿਰ, ਹੁਣ ਆਣਾ ਮੈਂ। ਜ਼ਰੂਰ ਜ਼ਰੂਰ ਜੀ ਜ਼ਰੂਰ। ਨਮਕੀਨ ਕੌਰ ਜੀ? ਹਾਂਜੀ ਜੀ, ਕੌਣ ਬੋਲਦੇ ਜੀ? ਹਾਂਜੀ, ਨਾਰਥ ਕੈਰੋਲਾਈਨਾ ਤੋਂ ਚਰਨ ਕੌਰ ਬੋਲਦੀ ਆ। ਚਰਨ ਕੌਰ ਜੀ ਸਤਿ ਸ਼੍ਰੀ ਅਕਾਲ। ਹੁਣ ਸਾਡੀ ਸਤਿ ਸ਼੍ਰੀ ਅਕਾਲ ਦਾ ਵੀ ਜਵਾਬ ਦੇ ਦੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਕੀ ਖਾਣਾ ਜੀ? ਹਾਂਜੀ, ਮੈਨੂੰ ਛੋਲੇ ਭਟੂਰੇ ਬੜੇ ਪਸੰਦ ਆ। ਛੋਲੇ ਭਟੂਰੇ ਬਣਾ ਲੋ ਜੀ, ਲੋ। ਹੋਰ ਦੱਸੋ, ਹੋਰ ਕੋਈ ਫਰਮਾਇਸ਼? ਹੋਰ ਤਾਂ ਬਸ ਠੀਕ ਆ। ਤੇ ਤੁਸੀਂ ਛੋਲੇ ਭਟੂਰੇ ਬਹੁਤ ਸਵਾਦ ਬਣਾਉਂਦੇ ਹੋ। ਬਹੁਤ ਸਵਾਦ, ਆਪਾਂ ਦੇ ਐ ਚਨੇ ਮਸਾਲਾ ਜਿਹੜਾ ਪਾਈਦਾ ਨਾ, ਉਹ ਜੀ ਕਿਤੇ ਮਿਲਦਾ ਹੀ ਨਹੀਂ ਹੈਗਾ ਜਿੱਦਾਂ ਦਾ ਆਪਾਂ ਬਣਾਉਂਦੇ ਆ। ਅੱਛਾ, ਤੁਸੀਂ ਕਿੱਥੋਂ ਟ੍ਰੇਨਿੰਗ ਲਈ ਆ? ਟ੍ਰੇਨਿੰਗ ਜੀ ਆ, ਬਚਪਨ ਤੋਂ ਹੀ ਘਰਦਿਆਂ ਨੇ ਸਿਖਾਇਆ ਸੀਗਾ ਵੀ ਕੁੜੀ ਹੈਗੀ ਹੈ, ਰੋਟੀ ਪਾਣੀ ਤਾਂ ਬਣਾਉਣਾ ਸਿੱਖ ਲੈ, ਆਪਾਂ ਚੱਕ ਤੇ ਫੱਟੇ। ਅੱਛਾ, ਰੋਟੀ ਪਾਣੀ ਛੋਲੇ ਭਟੂਰੇ ਵੀ ਟ੍ਰੇਨਿੰਗ ਦਿੱਤੀ ਸੀ? ਸਭ ਕੁਝ ਬਣਾ ਲਈਦਾ ਜੀ। ਤੁਸੀਂ ਹੋਰ ਦੱਸੋ, ਹੋਰ ਕੀ ਖਾਣਾ? ਫਟਾਫਟ ਮਿੰਟਾਂ ਦਾ ਕੰਮ ਸਕਿੰਟਾਂ 'ਚ ਕਰਨਾ ਜੀ ਆਪਾਂ। ਅੱਛਾ, ਹੋਰ ਨਾਲ ਸਮੋਸੇ ਵੀ ਭੇਜ ਦਿਓ ਫਿਰ। ਆਹਾ, ਨਾਲ ਚਟਨੀ ਵੀ? ਹਾਂਜੀ, ਹਰੀ ਚਟਨੀ ਵੀ ਭੇਜ ਦਿਓ। ਅੱਛਾ ਜੀ, ਨਾਲ ਚਟਨੀ ਵੀ ਭੇਜ ਦਿੰਦੇ ਹਾਂ ਅਤੇ ਛੋਲੇ ਭਟੂਰੇ ਵੀ ਭੇਜ ਦਿੰਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਭੇਜਦਾ।
ਹਾਂਜੀ ਬ੍ਰੇਕ ਤੋਂ ਬਾਅਦ ਕੋਈ ਚੱਲਣਗੇ। ਠੀਕ ਹੈ ਜੀ, ਨਿੱਕਾ ਜਿਹਾ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ। ਬੜੇ ਸਵਾਦ ਸੀਗੇ ਜੀ ਕੜੀ ਚੌਲ, ਆਪਾਂ ਤਾਂ ਰੋਟੀ ਪਾਣੀ ਖਾ ਕੇ ਵੀ ਆ ਗਏ, ਬਣਾ ਕੇ ਵੀ ਆ ਗਏ, ਅਤੇ ਗਲੋਬਲ ਪੰਜਾਬ ਵਾਲਿਆਂ ਨੇ ਜਿਹੜਾ ਕੰਟੈਸਟ ਕੱਢਿਆ ਹੈਗਾ ਜੀ, ਤੁਸੀਂ ਉਹਦੇ 'ਚ ਚੱਲ ਜਾਓ, ਡਿਨਰ ਵਿਦ ਦਿਲਜੀਤ ਦੋਸਾਂਝ। ਜੇ ਤੁਸੀਂ ਦਿਲਜੀਤ ਜੀ ਦੇ ਨਾਲ ਡਿਨਰ ਕਰਨਾ ਚਾਹੁੰਦੇ ਹੋ ਤਾਂ ਇੱਕ ਆਸਾਨ ਜਿਹੇ ਸਵਾਲ ਦਾ ਜਵਾਬ ਦੇਣਾ ਆ, ਉੱਥੇ ਨੰਬਰ ਸਕਰੋਲ ਹੋ ਰਿਹਾ ਹੋਏਗਾ, ਉੱਥੇ ਮੈਸੇਜ ਕਰਨਾ ਆ, ਤੁਹਾਨੂੰ ਮੌਕਾ ਮਿਲੇਗਾ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ, ਉਹਨਾਂ ਨਾਲ ਮਿਲਣ ਦਾ ਅਤੇ ਉਹਨਾਂ ਨਾਲ ਡਿਨਰ ਕਰਨ ਦਾ। ਹਾਏ ਰੱਬਾ, ਮੈਂ ਵੀ ਚੱਲ ਜਾਣਾ ਆ ਹੁਣ ਤਾਂ। ਕਿਆ ਬਾਤਾਂ ਨੇ ਜੀ, ਦਿਲਜੀਤ ਜੀ ਦੇ ਨਾਲ ਡਿਨਰ, ਹੁਣੀ ਐਕਸਾਈਟਮੈਂਟ ਹੋਣੀ ਜਾ ਰਹੀ ਹੈ ਮੈਨੂੰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਗੁਲਾਬੋ ਦੀ ਸ਼ੈਫ ਹਾਂ ਜੀ ਮੈਂ। ਗੁਲਾਬ, ਓ ਠੀਕ ਹੈ ਜੀ, ਸੌਰੀ ਸ਼ੈਫ ਜੀ। ਓ ਕੋਈ ਨਾ ਜੀ, ਨਮਕੀਨ ਕੌਰ ਨਾ ਹੈ ਮੇਰਾ। ਸੁਣਾਓ ਜੀ। ਵਧੀਆ ਵਧੀਆ, ਤੁਸੀਂ ਨਾਮ ਦੱਸੋ ਪਹਿਲਾਂ। ਮੇਰਾ ਨਾਮ ਹੈਗਾ ਜੀ ਬਲਜਿੰਦਰ ਸਿੰਘ ਸੰਧੂ। ਓਕੇ, ਕਿੱਥੋਂ ਬੋਲਦੇ? ਅਮਰੀਕਾ ਤੋਂ ਬੋਲਦੇ ਹਾਂ ਜੀ, ਸੈਟਲ ਤੋਂ। ਅਮਰੀਕਾ ਤੋਂ, ਓਕੇ। ਕੀ ਖਾਓਗੇ ਅਮਰੀਕਾ ਤੋਂ? ਕੀ ਖਾਵਾਂਗੇ ਜੀ, ਜੋ ਤੁਸੀਂ ਖਿਲਾ ਦੋਗੇ ਉਹ ਖਾ ਲਾਂਗੇ। ਆਪਾਂ ਕੜੀ ਚੌਲ ਬਣਾਏ ਨੇ, ਖਾਣੇ ਤੁਸੀਂ? ਨਹੀਂ, ਐਕਚੁਅਲੀ ਮੈਂ ਛੋਲੇ ਭਟੂਰੇ ਦਾ ਜ਼ਿਆਦਾ ਸ਼ੌਕੀਨ ਹਾਂ ਜੀ। ਅੱਛਾ ਜੀ, ਛੋਲੇ ਭਟੂਰੇ ਖਾਣੇ ਆਪਾਂ ਬਣਾ ਦੇਣੇ ਆ ਜੀ। ਕਿਵੇਂ ਦੇ ਚਾਹੀਦੇ ਆ? ਤਿੱਖੇ? ਤਿੱਖੇ ਬਿਲਕੁਲ ਐਨ ਜੀ। ਚਟਪਟੇ ਹੈ, ਨਾਲ ਪਿਆਜ਼ ਨਾਲ ਹਰੀ ਚਟਨੀ? ਹਾਂਜੀ ਹਾਂਜੀ। ਹੋਰ ਲੱਸੀ? ਜਿੱਦਾਂ ਦੇ ਤੁਸੀਂ ਲਾਈਕ ਕਰਦੇ ਉਦਾਂ ਦੇ ਖਾ ਲੈਣੇ ਹੈ। ਅੱਛਾ, ਜਿੱਦਾਂ ਦੇ ਆਪਾਂ ਬਣਾ ਦਾਂਗੇ। ਜਿੱਦਾਂ ਦੇ? ਹਾਂਜੀ ਹਾਂਜੀ। ਲੱਸੀ ਪੀਣੀ? ਹਾਂਜੀ। ਲੱਸੀ ਪੀਓਗੇ? ਹਾਂਜੀ, ਲੱਸੀ ਪਹਿਲਾਂ ਜੀ। ਅੱਛਾ, ਪਹਿਲਾਂ ਲੱਸੀ। ਹੋਰ? ਹਾਂਜੀ, ਲਿਖਾਓ ਲਿਖਾਓ, ਲਿਸਟ ਲਿਖਾਓ ਤੁਸੀਂ। ਹੈ ਲਿਸਟ ਲਿਖਾਣੇ? ਪਹਿਲਾਂ ਤੁਹਾਨੂੰ ਇੱਕ ਇੰਗਲਿਸ਼ ਬੋਲੀ ਸੁਣਾ ਦਈਏ। ਕਿਆ ਇੰਗਲਿਸ਼ ਬੋਲੀ ਸੁਣਾਓ ਜੀ? ਇੰਗਲਿਸ਼ ਬੋਲੀ ਸੁਣਾਓ, ਸ਼ਾਇਦ ਪਹਿਲਾਂ ਸੁਣੀ ਹੋਵੇ, ਪਰ ਜੇ ਨਹੀਂ ਤਾਂ ਫਿਰ ਸੁਣਾ ਦਿੰਦੇ ਹਾਂ। ਸੁਣਾਓ ਜੀ। ਲੋ ਸੁਣੋ ਫਿਰ। ਗ੍ਰੀਨ ਗ੍ਰੀਨ ਗ੍ਰੈਸ ਉੱਤੇ ਸਨੇਕ ਫੂਕਾ ਮਾਰਦਾ, ਭੱਜੋ ਬ੍ਰਦਰਸ ਵੇ ਫਾਦਰ ਕੱਲਾ ਬਫਲੋ ਚਾਰਦਾ। ਇਹ ਕਿੱਥੋਂ ਸਿੱਖੀ ਹੈ? ਸਿੱਖੀ ਥੋੜੀ, ਬਣਾਈ ਆ। ਇਹ ਬਣਾਈ ਆ, ਬਹੁਤ ਵਧੀਆ ਜੀ। ਮੈਨੂੰ ਤੁਸੀਂ ਸੈਂਡ ਕਰ ਦਿਓ ਇੱਕ ਵਾਰ ਫਿਰ ਤੋਂ, ਹੈ ਠੀਕ ਹੈ? ਹਾਂਜੀ, ਤੁਸੀਂ ਹੁਣ ਗਾਣਾ ਜੀ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਓ ਨਾ, ਖੁਸ਼ ਹੋ? ਹਾਂਜੀ, ਬਹੁਤ ਹੀ ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਅਗਲਾ ਕਾਲ ਲੈਣੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦਵਿੰਦਰ ਬੋਲ ਰਹੀ ਹਾਂ ਕਨੈਕਟੀਕਟ ਤੋਂ। ਤੁਸੀਂ ਤਾਂ ਇੰਨੇ ਸੋਹਣੇ ਸੋਹਣੇ ਖਾਣੇ ਬਣਾ ਕੇ ਸਾਡੇ ਮੂੰਹ ਚ ਪਾਣੀ ਆ ਗਿਆ। ਆਪਾਂ ਭੇਜ ਦੇਣਾ ਆ, ਇਕੱਲਾ ਪਾਣੀ ਥੋੜੀ ਮੂੰਹ ਚ ਲਿਆਣਾ ਆ, ਆਪਾਂ ਮੂੰਹ ਚ ਛੋਲੇ ਭਟੂਰੇ ਪਾਣੇ ਆ, ਕੜੀ ਚੌਲ ਪਾਣੇ ਆ, ਰਾਜਮਾ ਬਣਾਣੇ ਆ, ਉਹ ਵੀ ਤੁਹਾਨੂੰ ਖਵਾ ਦੇਣੇ ਆ। ਹਾਂਜੀ, ਤੇ ਮੈਂ ਵੀ ਇੱਕ ਫਰਮਾਇਸ਼ ਕਰਨੀ ਆ, ਮੇਰੀ ਪਸੰਦ ਹੈਗੀ ਆ ਸਾਗ ਤੇ ਮੱਕੀ ਦੀ ਰੋਟੀ ਨਾਲ ਲੱਸੀ ਦਾ ਗਲਾਸ। ਕਿਆ ਬਾਤ ਹੈ, ਉੱਤੇ ਮੱਖਣ ਵੀ, ਉੱਪਰ ਮੱਖਣ ਵੀ ਪਾ ਕੇ। ਆਏ ਹਾਏ, ਬੜੇ ਸ਼ੌਕੀਨ ਹੋ ਤੁਸੀਂ, ਹੈ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ। ਲੋ ਜੀ, ਤੁਹਾਨੂੰ ਮਿੰਟਾਂ ਚ ਪਹੁੰਚੂ। ਹਾਂਜੀ, ਤੁਸੀਂ ਕੁਐਸਚਨ ਕਿਹੜਾ ਪੁੱਛਣਾ ਸੀ? ਕੁਐਸਚਨ ਤਾਂ ਅਸੀਂ ਪੁੱਛਿਆ ਹੀ ਨਹੀਂ ਕੋਈ ਵੀ। ਕੁਐਸਚਨ ਹੀ ਇਹੀ ਹੈਗਾ ਵੀ ਆਪਣੀ ਫੇਵਰੇਟ ਡਿਸ਼ ਦੱਸੋ ਤੇ ਨਮਕੀਨ ਕੌਰ ਤੁਹਾਨੂੰ ਬਣਾ ਕੇ ਦੇਊਗੀ। ਅੱਛਾ ਅੱਛਾ ਅੱਛਾ, ਤੇ ਮੇਰੀ ਤਾਂ ਫੇਵਰੇਟ ਡਿਸ਼ ਇਹੀ ਹੈਗੀ ਆ। ਵੈਸੇ ਮੇਰੇ ਛੋਲੇ ਭਟੂਰੇ ਵੀ ਹੈਗੇ ਆ, ਤੇ ਇੱਕ ਮੈਨੂੰ ਉਹ ਬਹੁਤ ਅੱਛਾ ਲੱਗਦਾ ਆਪਣਾ ਗੋਟ ਮੀਟ ਤੇ ਚੌਲ। ਅੱਛਾ ਅੱਛਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ, ਇਹ ਤੁਹਾਨੂੰ ਪਤਾ ਕਿੱਥੇ ਮਿਲਣੀ ਹੈ? ਹਾਂਜੀ, ਇਹ ਡਿਨਰ ਹੋ ਰਿਹਾ ਜੀ ਦਿਲਜੀਤ ਜੀ ਦੇ ਨਾਲ। ਮੈਂ ਤਾਂ ਹੀ ਤਾਂ ਕਹਿ ਰਹੀ ਹਾਂ, ਮੈਂ ਕਿ ਸਾਨੂੰ ਕਿੱਥੇ ਮਿਲਣਗੇ ਇਹ ਚੀਜ਼ਾਂ? ਇਹ ਸਭ ਤੁਹਾਨੂੰ ਮਿਲੇਗਾ ਜੀ, ਗਲੋਬਲ ਪੰਜਾਬ ਆ ਰਹੇ ਡਿਨਰ ਕਰਾ ਰਹੇ ਨੇ ਦਿਲਜੀਤ ਜੀ ਦੇ ਨਾਲ। ਸਾਰੀਆਂ ਡਿਟੇਲਸ ਤੁਸੀਂ ਐਡ ਵੇਖੋਗੇ ਨਾ, ਪ੍ਰੋਮੋ ਵੇਖੋਗੇ, ਸਭ ਪਤਾ ਲੱਗ ਜੂਗਾ। ਉੱਥੇ ਇੱਕ ਸਿਰਫ ਇੱਕ ਸਵਾਲ ਪੁੱਛ ਰਹੇ ਨੇ ਉਹ, ਤੇ ਉਹਦਾ ਤੁਸੀਂ ਜਵਾਬ ਦੇਣਾ ਆ, ਠੀਕ ਹੈ? ਇਹ ਖਤਮ ਹੁੰਦੇ ਹੀ ਨਾ, ਜਿੱਦਾਂ ਹੀ ਸਾਡਾ ਸ਼ੋਅ ਖਤਮ ਹੁੰਦਾ, ਨਾਲ ਹੀ ਤੁਸੀਂ ਐਡ ਵੇਖਣੀ ਆ। ਉਹ ਜਿਹੜੀ ਐਡ ਚੱਲ ਰਹੀ ਉਹ 'ਚ ਸਭ ਦਿੱਤਾ ਹੋਇਆ ਵੀ ਕਿੱਥੇ ਡਿਨਰ ਕਰਨਾ ਆ, ਕੀ ਤੁਹਾਨੂੰ ਖਾਣ ਪੀਣ ਨੂੰ ਮਿਲੂਗਾ, ਤੁਸੀਂ ਕਿਵੇਂ ਉਹ ਪ੍ਰੋਸੀਜਰ ਕੀ ਆ। ਇੱਕ ਮੈਸੇਜ ਕਰਨਾ ਆ ਉਸ ਨੰਬਰ 'ਤੇ, ਨਾਲ ਹੀ ਤੁਹਾਨੂੰ ਕਾਲ ਜੋ ਵੀ ਹੈਗਾ ਉੱਥੇ ਨੰਬਰ ਸਭ ਦਿੱਤਾ ਹੋਇਆ, ਠੀਕ ਹੈ? ਇੱਕ ਸਵਾਲ ਦਾ ਜਵਾਬ ਦੇਣਾ ਬਸ ਤੁਸੀਂ, ਠੀਕ ਹੈ? ਠੀਕ ਹੈ, ਠੀਕ ਹੈ, ਓਕੇ ਜੀ। ਸਾਗ ਅਤੇ ਮੱਕੀ ਦੀ ਰੋਟੀ ਤੁਹਾਨੂੰ ਬਣਾ ਕੇ ਭੇਜਣ ਲੱਗੀ ਹਾਂ, ਅਤੇ ਅਗਲੇ ਕਾਲਰ ਨੂੰ ਵੀ ਪੁੱਛ ਲਈਏ ਵੀ ਉਹਨਾਂ ਨੇ ਕੀ ਖਾਣਾ ਆ। ਹਾਂਜੀ ਹਾਂਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਆ? ਮੇਰਾ ਨਾਮ ਰਾਣੀ ਹੈ, ਤੁਹਾਡਾ ਨਾਮ ਕਿਆ? ਲਵਲੀਨ ਕੌਰ।
ਨਮਕੀਨ ਕੌਰ ਜੀ। ਅੱਛਾ ਤੂੰ ਨਮਕੀਨ ਹੋ ਗਈ। ਹਾਂਜੀ ਜੀ ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ? ਅਸੀਂ ਨਿਊਯਾਰਕ ਤੋਂ ਬੋਲਦੇ ਪਏ ਆ, ਤੇ ਮੈਨੂੰ ਤੇ ਬੜਾ ਫਿਕਰ ਲੱਗਾ ਕਿ ਤੁਸੀਂ ਟੀਚਰ ਬਣ ਗਏ ਤੇ ਹੁਣ ਕੁੱਕ ਬਣ ਗਏ, ਔਖਾ ਜਿਹਾ ਨਹੀਂ ਹੋ ਗਿਆ ਕੰਮ? ਇਹ ਕੀ ਕਰੀਏ, ਸਾਰੇ ਪ੍ਰੋਫੈਸ਼ਨ ਵੇਖ ਲਈਏ ਕਰਕੇ ਵੀ ਕਿਹਦੇ ਚ ਕਮਾਈਆਂ ਜ਼ਿਆਦਾ ਨੇ। ਨਹੀਂ ਬਿਲਕੁਲ, ਤੁਸੀਂ ਅਮਰੀਕਾ ਵਾਲੀ ਲਾਈਨ ਫੜ ਲਈ। ਹਾਂ ਵੀ ਮਲਟੀਟਾਸਕਿੰਗ ਹੋ ਗਿਆ ਨਾ ਕੰਮ ਇਹ ਵਾਲਾ। ਬਿਲਕੁਲ ਬਿਲਕੁਲ, ਬਹੁਤ ਵਧੀਆ। ਵੈਸੇ ਕਰਨਾ ਚਾਹੀਦਾ, ਪਤਾ ਲੱਗਦਾ ਨਾ ਬੱਚਿਆਂ ਨੂੰ। ਬੱਚਿਆਂ ਨੂੰ ਪਤਾ ਲੱਗਦਾ, ਨਾਲੇ ਵੈਸੇ ਵੀ ਕੁੜੀਆਂ ਨੂੰ ਰੋਟੀ ਪਾਣੀ ਬਣਾਉਣਾ ਆਉਣਾ ਚਾਹੀਦਾ ਵੈਸੇ, ਹੈਨਾ? ਹਾਂਜੀ ਹਾਂਜੀ, ਇਹ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੇ ਮੇਰੇ ਘਰ ਦੇ ਵਿੱਚ ਚੱਲੇ ਤੁਹਾਡਾ ਹੈ ਕੀ ਬਣਾ ਰਹੇ ਹੋ ਅੱਜ ਕੱਲ? ਮੱਕੀ ਦੇ ਸਾਗ ਦੀ, ਸਾਗ ਤੇ ਹੋਰ ਕੀ ਬਣਾਉਂਦੇ ਹੋ ਅੱਜ? ਤੁਸੀਂ ਜੋ ਕਹਿਣਾ ਆਪਾਂ ਬਣਾ ਦੇਣਾ। ਅੱਛਾ, ਹੋਰ ਕੀ ਤੁਸੀਂ ਦੱਸੋ ਕੀ ਖਾਣਾ? ਅੱਜ ਸਹੀ ਲੱਗ ਰਹੇ ਹੋ, ਪਿਛਲੇ ਵੀਕ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ। ਅੱਛਾ, ਅੱਜ ਥੋੜਾ ਸਹੀ ਚੱਲ ਰਹੇ ਹੋ, ਠੀਕ ਹੈ ਜੀ। ਕਈ ਵਾਰ ਸੁਸਤੀ ਪੈ ਜਾਂਦੀ, ਰੋਟੀ ਨਹੀਂ ਨਾ ਖਾਧੀ ਹੁੰਦੀ ਕਈ ਵਾਰ। ਉਹ ਨਹੀਂ ਜੀ, ਤੁਸੀਂ ਰੱਜ ਕੇ ਨਾਸ਼ਤਾ ਕਰਿਆ ਕਰੋ, ਕੋਈ ਗੱਲ ਨਹੀਂ। ਅਸੀਂ ਤੇ ਇਸ ਟਾਈਮ ਹੁਣ ਪੂਰਾ ਰੱਜ ਕੇ ਰੋਟੀ ਖਾਧੀ ਹੈ ਤੇ ਗੱਲ ਕਰਦੇ ਪਏ ਤੁਹਾਡੇ ਨਾਲ। ਬਿਲਕੁਲ ਠੀਕ ਹੈ, ਤੁਸੀਂ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ ਹੋ, ਆਪਾਂ ਵੀ ਪਰਾਂਠੇ ਸ਼ਰਾਂਠੇ ਖਾ ਲੈਣੇ। ਹਾਂ ਬਸ ਕੋਈ ਗੱਲ ਨਹੀਂ, ਮੈਂ ਇਹੀ ਫੋਨ ਕਰਨਾ ਸੀ ਕਿ ਮੈਨੂੰ ਤਾਂ ਬੜਾ ਚਿੰਤਾ ਲੱਗੀ ਕਿ ਟੀਚਰ ਤੂੰ ਕੁੱਕ ਕਿਉਂ ਬਣ ਗਏ, ਕੀ ਗੱਲ ਹੋ ਗਈ? ਓਹ ਥੈਂਕ ਯੂ ਸੋ ਮਚ ਫੋਰ ਦਾ ਕੰਸਰਨ ਜੀ। ਬੱਚਾ ਮੈਨੂੰ ਬਹੁਤ ਹੀ ਮਾੜਾ ਲੱਗਾ ਵੀ ਤੁਸੀਂ ਕੁੱਕ ਕਿਉਂ ਬਣੇ, ਟੀਚਰ ਤੇ ਬਹੁਤ ਸੋਹਣੇ ਲੱਗਦੇ ਸੀ, ਡੰਡਾ ਫੜਿਆ ਸੀ ਜਿਹੜਾ ਟੌਰ ਨਾਲ। ਪਰਸਨਲੀ ਗੁਲਾਬੋ ਨੇ ਰੱਖਿਆ, ਕਹਿੰਦੀ ਤੁਸੀਂ ਰੋਟੀ ਪਾਣੀ ਵਧੀਆ ਬਣਾਉਂਦੇ ਹੋ ਤੇ ਮੇਰੇ ਘਰੇ ਆ ਕੇ ਬਣਾ ਜਾ ਕਰੋ। ਮੈਂ ਕਿਹਾ ਚੱਕਰ ਹੀ ਕੋਈ ਨਹੀਂ, ਆਪਣੇ ਘਰ ਵੀ ਬਣਾਈ ਦੀ, ਉਹਨਾਂ ਘਰ ਵੀ ਬਣਾ ਦਾਂਗੇ, ਤਾਂ ਕੀ ਹੋ ਗਿਆ ਹਨਾ? ਨਹੀਂ ਉਹ ਤੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਸ਼ੁਰੂ ਹੋਇਆ, ਸੋਹਣੇ ਲੱਗ ਰਿਹਾ ਅੱਜ ਤੁਹਾਡਾ, ਬਹੁਤ ਅੱਛਾ ਲੱਗਾ ਸ਼ੋ, ਇਸ ਕਰਕੇ ਮੈਂ ਫੋਨ ਕੀਤਾ। ਥੈਂਕ ਯੂ ਸੋ ਮਚ ਜੀ। ਅਗਲੇ ਕਾਲਰ ਨੂੰ ਪੁੱਛੀ ਵੀ ਅੱਜ ਵਧੀਆ ਲੱਗ ਰਿਹਾ ਕਿ ਨਹੀਂ, ਹਨਾ? ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਮੈਂ ਠੀਕ ਆ ਜੀ, ਮੈਂ ਅਮਰੀਕਾ ਤੋਂ ਬੋਲਦਾ ਹੈਗਾ। ਹੈਰੀ ਜੀ, ਅੱਛਾ ਰੋਟੀ ਨਹੀਂ ਖਾਧੀ? ਨਹੀਂ ਜੀ, ਕੱਲ ਤੁਸੀਂ ਲੋਕਾਂ ਦੇ ਵਿਆਹ ਕਰਵਾਤੇ, ਅੱਜ ਰੋਟੀਆਂ ਖਵਾਤੀਆਂ, ਤੇ ਹੋਰ ਕੀ, ਤੁਹਾਨੂੰ ਯਾਦ ਕਰਾਤਾ ਨਾ ਸਭ ਕੁਝ, ਮੱਕੀ ਦੀ ਰੋਟੀ, ਸਰਸੋਂ ਦਾ ਸਾਗ, ਕਿੱਥੇ ਤੁਹਾਨੂੰ ਬਾਹਰ ਐਸਾ ਮਿਲਣਾ ਸੀਗਾ? ਨਮਕੀਨ ਕੌਣ ਨੇ ਸਭ ਖਵਾਤਾ ਤੁਹਾਨੂੰ? ਜਿੱਦਾਂ ਦੇ ਵਿਆਹ ਹੋ ਗਏ ਕੱਲ ਉਦਾਂ ਦੀਆਂ ਅੱਜ ਰੋਟੀਆਂ ਖਵਾਤੀਆਂ। ਅੱਛਾ ਜੀ, ਅੱਛਾ ਗੱਲ ਲਾ ਰਹੇ ਹੋ ਮੈਨੂੰ, ਹੈ ਕੱਲ ਨੂੰ ਉਹ ਨਾਲੇ ਕਾਰਾਂ ਲੈ ਕੇ ਲੋਕਾਂ ਨੂੰ ਦੇ ਦੋ, ਪਾਸੋਂ ਨੂੰ ਮਕਾਨ ਬਣਾ ਦੋ ਹਵਾ ਦੇ ਵਿੱਚ। ਅੱਛਾ ਕੀ ਖਾਣਾ ਕੁਛ? ਤੇ ਜਿਹੜੀ ਅਸਲੀ ਗਰਾਬੋ ਆ ਜੀ ਦਿਲਜੀਤ, ਉਹ ਕਿੱਥੇ ਅੱਜ ਕੱਲ ਕੱਢ ਪਜਾ ਤੀ? ਉਹ ਜੀ ਗਏ ਨੇ ਜੀ ਦਿਲਜੀਤ ਦੋਸਾਂਝ ਜੀ ਦੇ ਨਾਲ ਡਿਨਰ ਕਰਨ ਲਈ, ਤੁਸੀਂ ਜਾਣਾ ਆ? ਨਹੀਂ ਜੀ, ਉਹਨੇ ਵਾਪਸ ਆਉਣਾ ਕਿ ਉਹਦਾ ਘਰ ਤੁਸੀਂ ਸਾਂਭ ਲਿਆ? ਨਹੀਂ ਜੀ, ਉਹਦੇ ਘਰ ਰੋਟੀ ਪਾਣੀ ਬਣਾ ਰਹੀ ਆ ਜੀ, ਉਹਨੂੰ ਫੋਨ ਕਰਕੇ ਦੱਸ ਦਿੰਦੇ ਆ ਵੀ ਡਿਨਰ ਖਤਮ ਹੋ ਗਿਆ ਤੇ ਤੁਹਾਡੇ ਜਿਹੜੇ ਕਾਲਰ ਨੇ ਤੁਹਾਨੂੰ ਯਾਦ ਕਰ ਰਹੇ ਨੇ, ਠੀਕ ਹੈ ਜੀ? ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਐਡ ਖਤਮ ਹੋਣ ਤੋਂ ਬਾਅਦ ਤੁਹਾਨੂੰ ਪ੍ਰੋਮੋ ਦਿਖੇਗਾ ਜੀ ਦਿਲਜੀਤ ਜੀ ਦੇ ਨਾਲ ਜਿਹੜਾ ਡਿਨਰ ਹੈਗਾ ਆ, ਸਾਰਾ ਪ੍ਰੋਸੀਜਰ ਉਹ 'ਚ ਹੋਊਗਾ, ਤੁਸੀਂ ਚੈੱਕ ਕਰਨਾ ਆ, ਦੇਖਣਾ ਆ, ਅਤੇ ਜੋ ਵੀ ਮੈਸੇਜ ਹੋਊਗਾ ਤੁਸੀਂ ਉਸ ਨੰਬਰ 'ਤੇ ਕਰ ਦੇਣਾ ਆ। ਬਹੁਤ ਹੀ ਆਸਾਨ ਜਿਹਾ ਇੱਕ ਸਵਾਲ ਹੈਗਾ ਤਾਂ ਤੁਸੀਂ ਜਵਾਬ ਦੇਣਾ ਆ ਅਤੇ ਡਿਨਰ ਕਰ ਲੈਣਾ ਆ। ਅੱਜ ਆਪਾਂ ਰੋਟੀ ਪਾਣੀ ਦੀਆਂ ਗੱਲਾਂ ਕਰ ਲਈਆਂ, ਤੁਹਾਨੂੰ ਰੋਟੀ ਵੀ ਖਵਾਤੀ, ਮੇਰਾ ਵੀ ਢਿੱਡ ਬਹੁਤ ਭਰ ਗਿਆ, ਮੈਂ ਪੁਰਾਣੇ ਸ਼ਰਾਂਟੇ ਖਾ ਲਏ ਨੇ, ਹੁਣ ਮੈਂ ਗਲਾਬੋ ਵਾਸਤੇ ਰੋਟੀ ਪਾਣੀ ਬਣਾ ਦਾਂ, ਉਹ ਵੀ ਭੁੱਖੀ ਹੋਣੀ ਆ, ਉਹਨੇ ਕਿਹਾ ਸੀਗਾ ਵੀ ਕੜੀ ਚੌਲ ਬਣਾ ਦੀ, ਮੈਂ ਕਿਹਾ ਚਲੋ ਕੋਈ ਨਾ ਜੀ ਬਣਾ ਦਿੰਦੇ ਹਾਂ। ਠੀਕ ਹੈ ਜੀ, ਤੁਸੀਂ ਰੋਟੀ ਪਾਣੀ ਖਾ ਹੀ ਲਿਆ ਹੋਣਾ ਅਤੇ ਹੁਣ ਸੈਰ ਕਰਕੇ ਅਤੇ ਸੌਂ ਜਾਓ, ਠੀਕ ਹੈ? ਓਕੇ ਜੀ, ਹੁਣ ਆਪਾਂ ਲੈਂਦੇ ਹਾਂ ਜੀ ਅਲਵਿਦਾ, ਅਗਲੇ ਐਪੀਸੋਡ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਫਿਰ ਆਵਾਂਗੇ। ਸਤਿ ਸ਼੍ਰੀ ਅਕਾਲ।